ਸਵਾਗਤ ਕਰਦਾ ਹਾਂ ਵੀਰੇ ਤੇ ਭੈਣਾਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਮਗਨ ਰੇਗਾ ਵਿੱਚ ਨਿਕਲੀ ਹੋਈ ਭਰਤੀ ਦੇ ਬਾਰੇ ਵਿੱਚ ਤੇ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਭਰਤੀ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਵਿੱਚ ਇਸ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਬਟਨ ਜ਼ਰੂਰ ਦਬਾਣਾ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਤੇ ਹਰ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਾ ਕੇ ਤੁਸੀਂ ਉਹਨੂੰ ਅਪਲਾਈ ਕਰ ਸਕੋ ਤੇ ਇਸ ਤੋਂ ਇਲਾਵਾ ਹੋਰ ਕਈ ਰਿਕਰੂਟਮੈਂਟ ਜਿਹੜੀਆਂ ਨੇ ਆਊਟ ਹੋ ਚੁੱਕੀਆਂ ਨੇ ਜੀ ਉਹਨਾਂ ਦੀ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰ ਚੁੱਕਾ ਹਾਂ ਤਾਂ ਜਾ ਕੇ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਔਰ ਦੱਸਣਾ ਚਾਹਾਂਗਾ ਜੀ ਕਿ ਜਿਹੜੀ ਵੀ ਤੁਸੀਂ ਕੋਈ ਵੀ ਨੋਟੀਫਿਕੇਸ਼ਨ ਹੋਵੇ ਚਾਹੇ ਉਹ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੋਵੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਨੂੰ ਦੀ ਲੈ ਕੇ ਆਨੇ ਆ ਤੇ ਹੁਣ ਚਲੋ ਅਸੀਂ ਗੱਲ ਕਰਦੇ ਸਭ ਤੋਂ ਪਹਿਲਾਂ ਪੰਜਾਬ ਮਗਰੇਗਾ ਵਿੱਚ ਨਿਕਲੇ ਇਹ ਪਰਤੀ ਦੇ ਬਾਰੇ ਵਿੱਚ ਇਹ ਤੁਸੀਂ ਇਸ਼ਤਿਹਾਰ ਦੇਖ ਪਾ ਰਹੇ ਹੋ ਜੀ ਮगनरेगा ਸਕੀਮ ਅਧੀਨ ਜਿਹੜਾ ਹੈ ਇਹਨਾਂ ਨੇ ਜਿਹੜੀ ਕੰਪਿਊਟਰ ਸਹਾਇਕ ਤਕਨੀਕੀ ਕੋਆਰਡੀਨੇਟਰ ਠੀਕ ਹੈ ਜੀ ਔਰ ਗ੍ਰਾਮ ਰੁਜ਼ਗਾਰ ਸੇਵਕ ਦੀਆਂ ਅਸਾਮੀਆਂ ਜਿਹੜੀ ਭਰਤੀ ਆਊਟ ਕਰ ਦਿੱਤੀਆਂ ਨੇ ਇਹ ਦੀ ਡਾਇਰੈਕਟ ਭਰਤੀ ਹੈ ਜੀ ਇਸ ਦੇ ਵਿੱਚ ਤੁਸੀਂ ਇਹਨਾਂ ਨੂੰ ਦਿੱਤੀ ਗਈ ਇਸ ਵੈਬਸਾਈਟ ਦੇ ਉੱਪਰ ਜਾ ਕੇ ਜਿਹੜਾ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਤਾਂ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਲਾਸਟ ਡੇਟ ਜਿਹੜੀ ਹੈ 6/10/2020 ਤੱਕ ਤੁਸੀਂ ਜਿਹੜਾ ਐਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਹੁਣ ਮੈਂ ਲੈ ਚੱਲਦਾ ਹਾਂ ਜੀ ਇਹਨਾਂ ਦੀ ਅਫੀਸ਼ੀਅਲ ਨੋਟੀਫਿ visibility ਕੀ ਰਹੇਗੀ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਕੰਪਿਊਟਰ ਸਹਾਇਕ ਦੀ ਜਿਸ ਦੇ ਵਿੱਚ बीसीए ਜਾਂ बीएससी ਜਿਨ੍ਹਾਂ ਨੇ ਕੀਤੀ ਹੋਈ ਹੈ ਠੀਕ ਹੈ ਜੀ ਜਾਂ एमएससी ਡਿਗਰੀ ਕੀਤੀ ਹੋਈ ਹੈ ਉਹ ਮੁੰਹਿਦਵਾੜ ਜਿਹੜੇ ਨੇ ਕੰਪਿਊਟਰ ਅਕਾਊਂਟਿੰਗ ਸਿਸਟਮ ਦਾ ਜਿਨ੍ਹਾਂ ਨੂੰ ਵੀ ਨੌਲੇਜ ਹੈਗਾ 10ਵੀਂ ਦੀ ਵਿੱਚ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਕੀਤੀ ਹੋਈ ਹੈ ਉਹ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਤੇ ਇਸ ਦੇ ਵਿੱਚ ਸੈਲਰੀ ਤੁਹਾਡੀ ਜਿਹੜੀ ਰਹੇਗੀ 11000 ਪਰ ਮਹੀਨਾ ਰਹੇਗੀ ਜੀ ਨੈਕਸਟ ਆਏਗਾ ਜੀ ਤਕਨੀਕੀ ਕੋਆਰਡੀਨੇਟਰ ਦੇ ਜਿਹਦੇ ਸਿਵਲ ਇੰਜੀਨੀਅਰਿੰਗ ਵਾਲੇ ਡਿਗਰੀ ਵਾਲੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਨ੍ਹਾਂ ਨੇ ਕੀਤੀ ਹੋਈ ਹੈ ਠੀਕ ਹੈ ਜੀ ਔਰ ਕੰਪਿਊਟਰ ਦੀ ਜਾਣਕਾਰੀ ਰੱਖਦੇ ਨੇ ਐਮਐਸ ਵਰਡ ਐਕਸਲ ਡਾਟਾਬੇਸ ਫੰਕਸ਼ਨਿੰਗ ਦਾ ਜਿਹੜ ਠੀਕ ਹੈ ਜੀ ਔਰ ਜਿਨ੍ਹਾਂ ਕੋਲ 6 ਮਹੀਨੇ ਦਾ ਸਰਟੀਫਿਕੇਟ ਵੀ ਹੈਗਾ ਔਰ ਜਿਨ੍ਹਾਂ ਦੀ 10ਵੀਂ ਜਿਹੜੀ ਹੈ ਉਹਨਾਂ ਨੇ ਪੰਜਾਬੀ ਵਿੱਚ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਤੇ ਐਲੀਜੀਬਲ ਨੇ ਔਰ ਇਸ ਚਹਾਲੀ ਤੁਹਾਡੀ 20000 ਰੁਪਏ ਪਰ ਮਹੀਨਾ ਰਹੇਗੀ ਨੈਕਸਟ ਹੈ ਜੀ ਗ੍ਰਾਮ ਰੁਜ਼ਗਾਰ ਸੇਵਕ ਦੀ ਜੋ ਕਿ ਗ੍ਰੈਜੂਏਸ਼ਨ ਘੱਟੋ ਘੱਟ 50% ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਐਮ ਐਸ ਐਕਸਲ ਡਾਟਾ ਬੇਸ ਅਤੇ ਫੰਕਸ਼ਨ ਦੀ ਜਿਹੜੀ ਨੌਲੇਜ ਉਹਨਾਂ ਨੂੰ ਹੋਣੀ ਚਾਹੀਦੀ ਹੈ ਔਰ ਇਸ ਦੇ ਵਿੱਚ ਉਹਨਾਂ ਦਾ 6 ਮਹੀਨਿਆਂ ਦਾ ਜਿਹੜਾ ਹੈ ਉਹਨਾਂ ਕੋਲ ਕੋਰਸ ਵੀ ਹੋਣਾ ਚਾਹੀਦਾ 10ਵੀਂ ਜਿਹੜ ਸੈਲਰੀ ਜਿਹੜੀ 85100 ਰੁਪਏ ਪ੍ਰਤੀ ਮਹੀਨਾ ਜਿਹੜੀ ਹੈ ਉਹ ਕਪੂਕਾ ਰਹੇਗੀ ਜੀ ਸੋ ਇਹਦੇ ਲਈ ਤੁਸੀਂ ਇਹਨਾਂ ਦਿੱਤੇ ਗਏ ਲਿੰਕ ਦੇ ਉੱਪਰ ਕਲਿੱਕ ਕਰਕੇ ਵੈਬਸਾਈਟ ਦੇ ਉੱਪਰ ਜਾ ਕੇ ਵੀ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਉਸ ਦਾ ਲਿੰਕ ਮੈਂ ਜਿਹੜਾ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦੇ ਦਾਂਗਾ ਔਰ ਹੁਣ ਅਸੀਂ ਗੱਲ ਕਰਦੇ ਹਾਂ ਜੀ ਪੰਜਾਬ ਪੁਲਿਸ ਦੀ ਭਰਤੀ ਬਾਰੇ ਵਿੱਚ ਕਾਫੀ ਸਾਰੇ ਕੈਂਡੀਡੇਟ ਦੇ ਬਹੁਤ ਸਾਰੇ ਕਮੈਂਟ ਜਿਹੜੇ ਸੀ ਉਹ ਆ ਰਹੇ ਸੀਗੇ ਕਿ ਤੁਸੀਂ ਪੰਜਾਬ ਪਟਵਾਰੀ ਦੀ ਭਰਤੀ ਬਾਰੇ ਤਾਂ ਦੱਸ ਦਿੱਤਾ ਹੈ ਲੇਕਿਨ ਪੰਜਾਬ ਪੁਲਿਸ ਦੀ ਭਰਤੀ ਬਾਰੇ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਹੈ ਸੋ ਮੈਂ ਬਹੁਤ ਵਾਰ ਦੀ ਭਰਤੀ ਦਾ ਕਾਫੀ ਡਿਲੇ ਹੈ ਔਰ ਦਸੰਬਰ ਤੋਂ 2020 ਤੋਂ ਪਹਿਲਾਂ ਉਸ ਦਾ ਕੋਈ ਵੀ ਜਿਹੜਾ ਆਊਟ ਨੋਟੀਫਿਕੇਸ਼ਨ ਨਹੀਂ ਹੋਏਗਾ ਔਰ ਕੋਈ ਪੋਸੀਬਿਲਿਟੀ ਵੀ ਨਹੀਂ ਹੈ ਜਦ ਵੀ ਤੁਹਾਡੇ ਲਈ ਕੋਈ ਵੀ ਅਪਡੇਟ ਹੋਏਗਾ ਜਾਂ ਕੋਈ ਕਟਿੰਗ ਹੋਏਗੀ ਜਾਂ ਕੋਈ ਅਨਾਉਂਸਮੈਂਟ ਹੋਏਗੀ ਮੈਂ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਆਵਾਂਗਾ ਔਰ ਆਪਣੇ YouTube ਚੈਨਲ ਤੇ ਵੀਡੀਓ ਬਣਾ ਕੇ ਅਪਡੇਟ ਜ਼ਰੂਰ ਦਵਾਵਾਂਗਾ ਤੁਹਾਨੂੰ ਸੋ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਤਦ ਤੱਕ ਜਿਹੜਾ ਪਟਵਾਰੀ ਦੀ ਭਰਤੀ ਹੈ ਉਹਦਾ ਨੋਟੀਫਿਕੇਸ਼ਨ ਜਲਦੀ ਆਉਣ ਵਾਲਾ ਹੈ ਤੇ ਉਹਦੇ ਉਤਲੇ ਵਿੱਚ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਲੈ ਹੀ ਆਵਾਂਗਾ ਤੁਹਾਨੂੰ ਅਪਡੇਟ ਜ਼ਰੂਰ ਦਵਾਂਗਾ ਸੋ ਤਿਆਰ ਰਹੋ ਤੇ ਮਿਲਦੇ ਆ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ